ਆ ਪਿਆ ਤੇ ਟਿਪਰੀ ਭੂਏ ਤੇ ਬੈਠਾ ਹੈ ਤੇ ਕਿਉਂ ਆਏ ਓ ਐ ਜੰਦਰਾ ਵੰਜਾ ਪੈ ਤੂੰ ਇੱਥੇ ਭੂਏ ਤੇ ਚੌਕੀਦਾਰ ਬਣਿਆ ਬੈਠਾ ਕਿਦੇ ਗਈ ਤੇਰੀ ਭਰਜਾਈ ਮਾ ਤਾਂ ਤਰਾ ਵਾਲੇ ਨਾਲ ਇੱਥੇ ਭੁੱਖਾ ਬਾਰਾ ਬੈਠਾ ਮੈਨੂੰ ਕੀ ਪਤਾ ਕਿਦੇ ਗਈ ਓ ਕਿਦੇ ਚਲੀ ਗਈ ਬੁੱਢ ਮੋਇਆ ਦੀ ਉਹ ਸੁਭਾ ਮੈਂ ਉਹਨੂੰ ਦੋਕ ਦੱਫੇ ਮਾਰ ਬੈਠਾ ਅੱਲਾ ਜਾਣੇ ਇਸ ਗੱਲ ਤੂੰ ਆ ਤੇ ਪੇਕਿਆਂ ਚ ਨਾ ਵਗ ਗਈ ਓਏ ਚੱਲ ਕੇ ਮੈਂ ਉਦੋਂ ਤਾਂ ਪਤਾ ਕਰਾਂ ਚਲਾ ਮੇਰੇ ਨਾਲ ਤੂੰ ਵੀ ਤਾਂ ਨਾ ਸੋਚਦਾ ਕੋਈ ਨਹੀਂ ਹੈ ਆਵਾਂ ਨੂੰ ਕੁੱਟਣ ਕਾਰ ਜੁੜਨਾ ਉਹ ਨਾ ਮੈਂ ਤੈਨੂੰ ਇੱਥੇ ਕੁੱਟਣ ਲੱਗ ਪਿਆ ਤੇਰਾ ਬੂਥਾ ਸੇਕ ਦੇ ਮੈਂ ਤੂੰ ਗਣਾ ਵਕੀਲ ਬਣ ਖੜੋਣਾ ਆਉਂਦਾ ਵਰਜਾਈ ਜਾਰੀ ਦਾ ਤੂੰ ਆਜ ਵਰਜਾਈ ਦਾ ਚਮਚਾ ਨਾ ਬੜਿਆ ਕਿ ਤੱਕ ਮੈਂ ਤੈਨੂੰ ਕਿੰਨੀ ਵਾਰ ਆਖਾਂ ਮੇਰਾ ਜਦ ਮੀਟਰ ਸ਼ਾਟ ਹੋ ਜਾਂਦਾ ਨਾ ਉਦੋਂ ਮੈਨੂੰ ਕੋਈ ਸ਼ੈ ਨਹੀਂ ਦਿਸਦੀ ਆ ਮਾਈ ਸਾਹਮਣਾਓ ਇੱਥੇ ਬਾਹਰ ਨਿਕਲਣਾ ਕਿਹਦੇ ਗਈਆਂ ਕਿਉਂ ਹਲਕਾ ਹੋਇਆ ਹਮਨਾ ਮੈਂ ਕੀ ਆਈ ਵੇ ਐਡਾ ਮੂੰਹ ਪੱਟੀ ਹਮਨਾ तेरी परवरिश मगरू चंगी आई ना एस मां दी जेड़ी जवाइया दे लांटा पा दी पी मुकाले करती पई है ਸਾਬਰਾ ਡਰਾਮਾ ਬਣਾਈ ਖਲੇ ਨੇ ਤੇ ਮੈਨੂੰ ਲੱਗਦਾ ਇਹਨਾਂ ਮਾਰ ਗੱਤੀ ਸੁਗਰੀ ਓਏ ਆ ਲਿਓਏ ਬੋਡ ਮੋਈਆਂ ਵੇ ਤੂੰ ਤਾਂ ਮੈਨੂੰ ਕਾਤਲ ਦਿਸਦਾ ਬੇ ਕਾਤਲ ਤੇਰੀ ਅੱਖੀਆਂ ਲਾਲ ਹੋਈਆਂ ਕਲੀਆਂ ਮੇਰਾ ਪਿਆਰ ਹੀ ਉਹਦੇ ਨਹੀਂ ਤੁਹਾਡੀ ਧੀ ਪਤਾ ਨਹੀਂ ਕਿਦਾ ਗਈ ਤੁਹਾਨੂੰ ਲੱਭੋ ਸਾਰੇ ਰਾਲ ਕੇ ਮੁਰ ਮੇਰੀ ਧੀ ਗੰਦੀ ਆ ਇਹ ਜਿਹੜੀ ਵਗ ਗਈ ਏ ਮੇਰੀ ਧੀ ਦਾ ਮੁਕਾਲਾ ਬਣੇ ਦੱਸ ਕਾਲੇ ਮੋਏ ਮੇਰੀ ਧੀ ਕਿੱਥੇ ਦੱਸ ਓ ਲੋ ਕਰ ਲੋ ਦੱਸ ਮੈਨੂੰ ਕਿੱਥੇ ਕਿੱਥੇ ਮੇਰੀ ਧੀ ਇੱਕ ਤੁਹਾਡੇ ਧੀ ਘਰ ਛੱਡ ਕੇ ਲੈ ਜਾਣਾ ਕਿਸੇ ਪਾਸੇ ਮੂੰਹ ਕਾਲਾ ਕਰਾ ਗਈ ਇੱਕ ਤੋਂ ਲਿੱਤਰ ਚਾ ਕੇ ਮੇਰੇ ਦੁਆਲੇ ਹੋਈ ਤੂੰ ਨੇ ਤਾਂ ਤੂੰ ਮੇਰੀ ਧੀ ਨੂੰ ਮਰਨਾ ਹੈ ਤੂੰ ਕੁੱਟਣਾ ਹੈ ਤੂੰ ਮੇਰੀ ਧੀ ਨੂੰ ਹਲਾਲ ਕੀਤਾ ਹੈ ਵਾਹ ਭਾਈ ਵਾਹ ਵਾਹ ਭਾਈ ਵਾਹ ਮੈਂ ਤਾਂ ਲਟਕਿਆ ਜੀ ਧੀ ਕੱਟ ਸਾ ਆ ਮਾਈ ਦੇ ਮਾਂ ਨੂੰ ਰੋਜ਼ ਕੁੱਟਾ ਆ ਜਾਈ ਤੇ ਰੋਜ਼ ਕਿ ਤੇਰੇ ਮੂੰਹ ਤੇ ਆਵੇ ਆ ਕਿਹੜੇ ਹੋਰ ਪਾਸੇ ਦੇਸ ਨਿਕਲ ਗਈ ਹੈ ਨਾ 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 ਤੂੰ ਮਾਰੀ ਏ ਮੈਂ ਜਿੰਦੀ ਹੋਵੇ ਤੇ ਮੇਰੇ ਮੂੰਹ ਤੇ ਆਵੇ ਆ ਮੈਂ ਤਾਂ ਘਰ ਤਮਾਸ਼ਾ ਨਾ ਬਣਾਵਾ ਉਹਨੂੰ ਆਪਾਂ ਸਾਰੇ ਰਾਲ ਕੇ ਲੱਭੀਏ ਓਏ ਐਵੇਂ ਡਰਾਮਾ ਮਾਈ ਬਣਾਈ ਖੋਤੀ ਫੱਪੇ ਕੁੱਟਣੀ ਉਹਦੇ ਨਾਲ ਦੀ ਹੈ ਮੈਂ ਉਹਨੂੰ ਕਦਾ ਰੋਜ਼ ਮਾਰਨਾ ਤੇ ਰੋਜ਼ ਮਾਰਾਂਗਾ ਕਦੀ ਤਾਂ ਇੱਥੇ ਰੋਸ ਕੇ ਆ ਕੇ ਦਫਾ ਹੋ ਕੇ ਤੁਹਾਨੂੰ ਆਖਿਆ ਮੈਨੂੰ ਬਰਿੰਦਾ ਹਾਂ ਸਹੀ ਗੱਲ ਮੇਰਾ ਭਿਆ ਕਰਦਾ ਡਰਾਮੇ ਨਾ ਬਣਾ ਡਰਾਮੇ ਨਾ ਬਣਾ ਦੱਸ ਕਿੱਥੇ ਕੁੜੀ ਮੈਂ ਤਾਂ ਇਤਨੀ ਗੱਲ ਕਰਨਾ ਅੱਗੋ ਇਤਨੀਆਂ ਗੱਲਾਂ ਮੈਨੂੰ ਸੁਣਾਉਂਦੀ ਆ ਸੁਣਾਉਂਦੀ ਆ ਤੈਨੂੰ ਇਤਨੀਆਂ ਗੱਲਾਂ ਸਾਨੂੰ ਪਤਾ ਸਾਨੂੰ ਤਾਂ ਧੀ ਚਾਹੀਦੀ ਹੈ ਤੇਰੀ ਧੀ ਚਾਹੀਦੀ ਹੁਣ ਮੈਂ ਜਾਮ ਦੇਵਾਂ ਤੈਨੂੰ ਮੈਂ ਉਹ ਲਿੱਤਾ ਤਾਂ ਮਾਰੀ ਮੇਰਾ ਭਿਆ ਨਹੀਂ ਤਾਂ ਇੱਥੇ ਗੱਲ ਕੋਈ ਹੋਰ ਹੋ ਜੀ ਸਹੀ ਲਿੱਤਾ ਨਹੀਂ ਅਸੀਂ ਇਹਦੇ ਉੱਤੇ ਫੁੱਲ ਸੱਟਨੇ ਆ ਜਿਹੜਾ ਕੰਮ ਕਰਕੇ ਆਇਆ ਖਲਾ ਤੈਨੂੰ ਬੜੀ ਤਕਲੀਫ ਹੋਈ ਖੋਤੀ ਬਰਾ ਦੀ ਮੈਂ ਦੀ ਹੱਡੀਆਂ ਚ ਕੱਢ ਸਮਾਂ ਐਵੇਂ ਇਹਦੇ ਹੱਥ ਚ ਸਾਂ ਉਹ ਡਿਬਰੀ ਇਹ ਤਾਂ ਕੰਮ ਅਪੁੱਠਾ ਹੋ ਗਿਆ ਨਾਲ ਦੀ ਬੜਾ ਆਪਣੇ ਘਰ ਪੈ ਗਈ ਹੈ ਓਏ ਅੰਮਾ ਅਸੀਂ ਸੁਗਰੀ ਨੂੰ ਮਾਰਦੇ ਤਾਂ ਅਸੀਂ ਤੁਹਾਡਾ ਕੋਲ ਆਵਣਾ ਗੱਲ ਚੈਨ ਚੈਨ ਨਾ ਕਰੋ ਮੈਂ ਤੁਸੀਂ ਇਹ ਦੱਸੋ ਮੇਰੇ ਦੀ ਨੂੰ ਮਾਰ ਕੇ ਕਿੱਥੇ ਪੂਰਿਆ ਨੇ ਚੱਲ ਮੈਂ ਚੱਲ ਕੇ ਜਗਾ ਵਿਖਾਓ ਓਏ ਅੰਮਾ ਖੁਦਾ ਦਾ ਖੌਫ ਕਰ ਅੱਕਾ ਕਰੀ ਤੂੰ ਉਹਦਾ ਕੇਸ ਮੇਰੇ ਤੇ ਪਾਈ ਖੋਤੀ ਓ ਮੈਨੂੰ ਕੀ ਪਤਾ ਕਿਦਾ ਦਫਾ ਹੋ ਗਈ ਕਹਿੰਦੇ ਨਾਲ ਮੂੰਹ ਕਾਲਾ ਕਰਵਾ ਗਈ ਏ ਕਿਸੇ ਨਾਲ ਨਹੀਂ ਗਈ ਇਹ ਤੋਂ ਮਾਰੀ ਤੇਰੀ ਅੱਖੀ ਦਿਸਦੀ ਆ ਮੈਂ ਵੀ ਅੱਖੀ ਦਿਸਦੀ ਪਰ ਮੇਰੀ ਅੱਖੀ ਤਾਂ ਵੈਸੇ ਹੀ ਲਾਲ ਰੰਗ ਦੀ ਨਾ ਸੀ ਸ਼ੇਰ ਹੋਏ ਓਏ ਅੰਮਾ ਤਾਂ ਪੱਕੀ ਹੋਈ ਖੜੀ ਆ ਪੱਕੀ ਹੋਈ ਖੜੀ ਅੰਮਾ ਮੇਰੀ ਗੱਲ ਸੁਣ ਮੇਰਾ ਵਿਰਾਸ ਕਦੀਆਂ ਨੂੰ ਉਂਗਲ ਨਹੀਂ ਲਾਏ ਘਰ ਬੈਠਿਆਂ ਨੂੰ ਸਾਰਾ ਕੁਝ ਲਿਆ ਕੇ ਦਿੰਦਾ ਤੁਸੀਂ ਆਪ ਲੈ ਕੇ ਅੰਦਾ ਉਹਨੇ ਕੱਪੜੇ ਆਪ ਲੈ ਕੇ ਨਾ ਸੁਰਖੀਆਂ ਤੱਕ ਮੇਕਅਪ ਸਾਰਾ ਕੁਝ ਜਿਹੜੀਆਂ ਜੁੱਤੀਆਂ ਲੈ ਕੇ ਅੰਦਾ ਜਿਹੜੀਆਂ ਜੁੱਤੀਆਂ ਲੈ ਨਹੀਂ ਹਲਾ ਚਲਾਕ ਬਣੀ ਖੋਤੀ ਚਲਾਕੋ ਲੈ ਕੇ ਅੰਦਾ ਮੈਨੂੰ ਪਤਾ ਜਿਤਨੀਆਂ ਕਲਾ ਕਿਉਂ ਦਿੰਦਾ ਇਹਨੂੰ ਉਹ ਮੈਂ ਜਿਹੜੀਆਂ ਜੁੱਤੀਆਂ ਉਹਨੂੰ ਮੈਂ ਲਿਆ ਕੇ ਦੇਣਾ ਉਹਨਾਂ ਨਾਲੋਂ ਮੈਨੂੰ ਕੁੱਟ ਲੈਂਦੀ ਹਾਂ ਤੁਹਾਨੂੰ ਹਲਕੇ ਕੁੱਤੇ ਵੜਿਆ ਜੋ ਘਰ ਛੱਡ ਕੇ ਵੱਗ ਗਈ ਹਲਕੇ ਕੁੱਤੇ ਤੁਹਾਨੂੰ ਕੋਈ ਨਹੀਂ ਵੜਿਆ ਲੇਕਿਨ ਉਹਦੀ ਜਗ੍ਹਾ ਵਿੱਚ ਹਲਕੇ ਕੁੱਤੇ ਦਾ ਖੂਨ ਮੈਨੂੰ ਲੱਗਦਾ ਲੱਖ ਲਾਣਾ ਤੇ ਕੋਈ ਸ਼ਰਮ ਨਹੀਂ ਆਉਂਦੀ ਲੱਖ ਚ ਕੁਛ ਬੋ ਆਉਂਦੀ ਪਈ ਹੈ ਮੇਰੀ ਦੀ ਦੇ ਖੂਨ ਦੀ ਤੂੰ ਹੀ ਉਹਨੂੰ ਮਾਰਿਆ ਤੂੰ ਹੀ ਕਾਤਲ ਹੈ ਮੇਰੀ ਦੀ ਦਾ ਐਂ ਤੇਰੀ ਦੀ ਦੀ ਰਗਾਂ ਦੇ ਵਿੱਚ ਅਤਰ ਚੱਲਦਾ ਹਾਂ ਵੀ ਜਿਹੜਾ ਤੈਨੂੰ ਖੁਸ਼ਬੂ ਆਉਣ ਲੱਗ ਪਈ ਹੈ ਲੱਖ ਸ਼ਰਮ ਇਹ ਸਹੀ ਨਹੀਂ ਮੰਨਣਾ ਇਹਨੂੰ ਆਪਾਂ ਥਾਣੇ ਦੇਈਏ ਹਾਏ ਹਾਏ ਮੇਰਾ ਬਿਆਨ ਕਿਉਂ ਥਾਣੇ ਦੇਉਂਗੇ ਅੱਲਾ ਸ਼ਰਮ ਕਿਦੇ ਕਹੀਓ ਮੈਂ ਪਤਾ ਤਾਂ ਕਰ ਮੇਰਾ ਵਿਆਹ ਇਦਾਂ ਸਿੱਧਾ ਸਾਦਾ ਸਿੱਧਾ ਸਾਦਾ ਥਾਣੇ ਸਭ ਕਰ ਥਾਣੇ ਦੇ ਸਾਦਾ ਤੂੰ ਸਭ ਨਾ ਦੇਵੇਂ ਆ ਦੇ ਥਾਣੇ ਵਾਲੇ ਤਾਂ ਹੀ ਮਾਰ ਦੇਣ ਜਿਵੇਂ ਸਵਾਬ ਦਾ ਕੰਮ ਹੈ ਸਵਾਬ ਦਾ ਕੰਮ ਤੋਂ ਤੈਨੂੰ ਮੇਰਾ ਸੱਟ ਦੇ ਸਿਰ ਉਹ ਪਿਲਾ ਵਜਾ ਮਾਰੀ ਜਾ ਸਣ ਮੇਰੀ ਸਵਾਣੀ ਬਾਵਾ ਕਿਦਾ ਉਹ ਆ ਜਾਵੇ ਮੋੜ ਹੱਟ ਕੇ ਦੱਸਾਂ ਉਹ ਸਾਲਾ ਬਾਅਦ ਸਿਰ ਕੱਢੀ ਖੋਤੀ ਮੈਂ ਤਾਂ ਮਰੀ ਮਰੀ ਕਿਤੇ ਪਿਆ ਹੀ ਮਰ ਜਾਣਾ ਗੜੀਆਂ ਗੱਲਾਂ ਨਾ ਸੁਣਾ
तेरे को शाम तक दा टाइम है गई। अच्छा। ठीक है ना, या साड़ी कुड़ी ले आ दे, नहीं तो तेनू पर्चा करा देना तेरे से। तो लगता है ओनू किदा उल्ला बड़ा पोसी और कोई दो चार गार गलियां घूम लेने आ, तलाब लेने आ, जे किदा उल्ला बजारा था कहवा के भरी आ। हां गल सच्ची है, चलो मेरा ब्राह्मण नु लबो, अल्लाह जाने नु खट्टी किदा गई तो किदा नहीं। हां दफा होवे, मैं तो आखसा पर मैं आख भी नहीं सकदा हूं दफा होवे, क्योंकि या दफा होनी है, ए कत्ल दा केस मेरे ते पाई। हां ते होर तो पाई जो खलोता है तेरे, तू बड़ा बच्चे मरज दी पई है, मेरा ब्राह्मण राज बचिया नहीं, अल्लाह जाने कि मुंह रख गई तो कि एक मेरे जी मार के दूध उल्टी उल्टा होई खोती। चलो इतने ना खलो, चलो आपा भी किसी पासे उनु लबिए, लबो अगर थोड़ा फर्क नहीं पड़ता, थोड़ी दी नहीं है, चलो ना मान लो। चलो मैं भी आंदी हूं, मैं भी थोड़े नाल लबनी हूं। ओ डिबरिया, आ कुकर बड़ी सोहनी लगी बंदी, कुकर ने लुका लई है। ओ अगली बला तक कर रही है। ओ आगे तो कतल दा केस पे खड़ता है चौधरी कुकी ने चल के। ओ सुना छीनिया को पिंड दी कोई नवी ताजी। ओ नवी ताजी दा ए रे कदे रा ने रम से। हां ओ दी सनानी की सना नस गई है। ओए होए 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 किंदे नाल। ए नन्नू कोई नहीं दादा, मैं भी ओना ने गाल लड़ाई सुनी है। अच्छा अस्सलाम वालेकुम चौधरी साहब। वालेकुम सलाम। होया की है? मैं बहुत दुखी होया बैठा, और की होया खड़ता है, मेरी सामान किसे पासे सर ले गए। फिर तो चंगा होया है। क्यों क्यों मैं भी छेड़ा, तू भी छेड़ा। और तेरी सवानी तो मर गई है कुदरती, तो मेरी सवानी नस गई, तो तू कि मैं सार पूरा कीती खड़ोता है। पहले मेरी गल सुन ला, मेरी सवानी तो चलो किसे पासे मुकाला करा गई, नस गई, दफा होई, पर मेरे ते उन्दे कतल दा केस पिया खड़ोता है, उन्दे मां पियो आंदा तो मार के किदे पूर सट्टी है, तो हुण मैनू किसे सूरत च बचा। नारा चौधरी ना के भी तुहाडे कोल निमाशा दा टाइम है, नहीं तो निमाशी तो आके परचा दिवा छड़ना। अजय ते गल शक के ची है ना, तेरी गल सच्ची है, इस तरह तू फस सकना। चौधरी लाश तक किसी पास बरामद हो गए, मेरे ते कोई इल्जाम पावन, मैं आप बड़ा परेशान होया, खुद किसी पास लाश ही नहीं लभदी पई, आप ही नहीं लभदी। कोई भी फैसला ना होंदा होवे तूं वक्त छड़ देना चाहिए। हां मैं वक्त ते छड़ देना, अगले परचा करा दे सर, पूरा सौसी मैनू चा के ले जासी, ओथे लम्मेआ पा के मेरी तशरीफ सुजासी, मोल ठीक हो जासी। जदों तक चौधरी कुकी जिंदा है तेरे ते परचा नहीं होण देगा, तू परेशान ना हो। अयो तो मैनू तेरे ते फखर है ना, लो ऐ लो, ओदी मां भी आंदी पिए तो दा पियो भी आंदा पिए सुगरी दा, तू ना परेशान हो, उहनां नाल ही निबड़ लैंदा। हां इहनां नूं कुछ छड्या ठुड्या करो, बेफिकर हो जा। चौधरी साहब मेरे धी का कातल किवें कच्छ च गाट के तू बैठो यार, तैनू की सबूत है के कतल इने कीता है? हां मेरी अम्मा तो लपदा बताए, ओ तो चौधरी साहब को पूछण आया है। हां अरे सुधा था बैठा पे, मेनू लब दे, मेरी मदद कर। ना ना चौधरी ना ना, ए सब झूठ हैंदा, दी मेरी ये समारी, दी मेरी ये समार के कितने पूरी है। मेरे प्यो दी तोमा, अल्लाह के दादे दी तोमा, और मेरे को नया जवान हो, मैं जो उन्हें ना कोई ऐसी हरकत कहती हो तो यो ये कभी चाट मौक मार लवा, मुझे सफा मार लवा, बस ये गाले चौधरी साहब तेरे चोर होंदा ना, और चोरी करके कभी भी नहीं मनता। चौधरी साहब अगर सच्चा होंदा ना तो तेरे गोडे ना आके ना बांधा, ये जाके उते लभदा किसे पासे। मेरी बहन ते कोई प्रेशर ना पावन, मेरी बहन दे विच कोई रोला कोई नहीं, कोई किसे किस्म दी गल कोई नहीं। ओ साडी बहन दा जेड़ा कोई नहीं ओनू मैं चाहना दसी खलन। ओ मियां तुस दोवें घर परेशान ना होवो, जिवें तुहाडी धी है ना ते इहदी सवाणी है, इवें साडे पिंड दी वी धी बहन है, ते असीं वी उहदा फिकर कर रहे हां, मैं खुद फिकर कर रहे हां। चौधरी साहब ठीक आख रहे हैं,
चुप करे चौधरी दी कुत्ती साडे दी नहीं लभदे पे तू रिक्ता करदा बैठा तुसी भी घरे जाओ तुसी भी लभण दी कोशिश करो तू भी घरे जा तू भी लभण दी कोशिश कर मैं भी करना मैं तां घरे नहीं जांदा मैं तां लभसा सारी रात लभसा ओ जिथे भी मैनूं लभ गई तां दी मेहनत करके ओनूं घरे लाउंसा चलो लभो जाओ चौधरी साहब गल है कि असी भी लभने आ लेकिन ए बंदा अगर गायब हो गया असी ये तेरे को लेना है मैं देसा मेरी जिम्मेदारी मैं गायब हो गया मैं जिन्ना भी गायब हो जा ओनू आप नु बड़ी फिक्र है हां ठीक है चल दोनों चलिए कि असी बो पाल के वे चाचा ला जाना ओ वेखया जासी देख लांगे तुन लभ आगे तुसी गल के कहते लभ लिसा ना टेंशन चलो आ जा रोला छटा आपा लभिए चल के चल आ आपा किनु लभिए चल चलो बा मौला बख्शा पहले ए दस में वर्दी किवें लगदी पाईया दादी सोहनी कोई लगनी है त मैं किवें लगदा पिया तू भी सोहना लगदा पे आ तुसी दोवें सोहने लगदे पर है यार तू नहीं है आती है कुवा कोल तंदर बबीर ता लगदा पिया सारा ते लगदा पिया चाबी मेरे कोले त हाल तक रमजी और नहीं आए अरे केरे पासे मुंह चा गए अच्छा चलो न बाहर जलबसाए पहले चौधरी कुकी कोल चलिए ओनु आखिया सी तैनू सरप्राइज देन दे पैसे प्लीज बत्ती हो गया है भर्ती हो गए नाले डराइए फिर डरता भी है कि नहीं अपनी वर्दी तू है हां हां चल डर चल तेरे पुलिस आ गई इन्ना तो कत्ल दी वो आ जल्दी ये तो बोला भाई तो शुक्रिया चौधरी साहब सलाम आवे वालेकुम सलाम पहले ए दस मैं वर्दी च कैसी लगनी पाईया फिट लगदी पाईया वेरी गुड अच्छा चौधरी साहब हां आसे पासे पिंडा वाले विच हर बंदा भरोसे भर्ती होया हां ओए अपना चा करांदा गतिया असि तो भाई भर्ती बण हो गया मगर लाए पे जा खबर जातियां भाई हयातियां असा आज तो बाद पुलिस दी नौकरी करनी बस ओ तू नौकरी ते करण लग गई है गाले तेरे इन्ने परेशान क्यों समझे कि तू कत्ल हो गई है मैं कत्ल हो गया मैं तारे कार्यालय नु सरप्राइज देना चांदी आई ओ तेरा भला हो जावे तैनू आख्या का है भी ये सुगरी कत्ल हो गई है तेरा माल जो क्यों आ देना देन अच्छा आ सुगरी पहले रमजीन चाल ते मिलिए आपा जो सुबह ले घरों निकले हो यार आपा दस्त गए नहीं है उन्नत परेशान होमना नहीं या भला मैं किसे को गैर नल गई हूं मैं दादा ब्रा नल गई हूं प्लीज से रजाकार भर्ती हो मन रजाकार नहीं बड़ा घर चलिए चल तोर पहले रमजीन लपिए आ जाओ आ जाओ जाओ भाई मैं दादा डेरे ते बैठा हूं रात नहीं बैठो चल ठीक है दुबई भाई ज्यादा तू थाने जा मेहरबानी तो गड्डी सन में इथे लाया ठीक है तितर हो जा काका तू नहीं जाओ खुदा दी बड़ा कत्ल हो गया तो फलाण हो गया सिर ते चाई मने पूरा पिंड और डिप्रिया ओ देख ला माई साबरा ने पूरा सदा नहीं पूरा सापा नु फटण आंदी पई आ पापा रे कान फाद ले ताकि वो समझन भी बड़े अदा मारे सुगरी
ਟਬਰ ਦੀ ਕਹਿੰਦੀ ਪਾਈ ਬਣੀ ਹੈ ਅਮਾ ਅਸੀਂ ਰਜ਼ਾਕਾਰ ਬਰਥੀ ਹੋ ਗਿਆ ਪੁਲਿਸ ਐਚ ਦੋਵੇਂ ਭੈਣ ਭਰਾ ਆ ਹੁਣ ਤੋਂ ਬਾਅਦ ਮੈਨੂੰ ਇਹ ਕੁੱਟਿਆ ਕੀਤਾ ਕਰਸੀ ਇਹ ਤਾਂ ਮੇਰੀ ਦੀਤ ਬੜਾ ਚੰਗਾ ਕੀਤਾ ਜਿਹੜਾ ਪੁਲਿਸ ਐ ਬਰਥੀ ਹੋ ਗਈ ਹੈ ਨੀ ਅਮਾ ਮੈਂ ਤੈਨੂੰ ਆਂਦੀ ਆਈ ਨਾ ਮੇਰਾ ਭਰਾ ਹੀ ਹੋ ਜਾ ਨਹੀਂ ਹੈ ਵੇਖ ਲੋ ਜਿੰਦੀ ਜਾਗਦੀ ਖਲੋਤੀ ਹੈ ਚੁੱਪ ਕਰ ਤੇ ਖਲੋ ਤੂੰ ਵੀ ਕਹਿੰਦੀ ਕਾ ਕਾ ਨਾ ਕਰ ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।